सत श्री अकाल दोस्तों, फेमस पंजाब टीवी वेख रहे हो तो मैं हाँ सोहिल खान। दोस्तों अज असी फिर एक मूवी दे पब्लिक रिव्यू लिए हाज़र हाँ, तो उस मूवी का नाम हैगा जी तीजा पंजाब। सो मूवी की खासियत यह है कि इस फिल्म दे विच किसानी संघर्ष दियां तस्वीरां सानू वेखण नू मिलणगियां, जो पंजाब दे लोकां ने संघर्ष किया या खेती कानूनों के खिलाफ। सो उस दियां बहुत सारियां तस्वीरां फिल्म दे विच वेखण नू मिलणगियां, ते नाल ही अमरदीप सिंह ने इस फिल्म नू लिखिया ते डायरैक्ट भी किया है, ते नाल मुख्य भूमिका दे विच भी नज़र आने वाले ने, ते नाल ही निमरत खैरा भी इस फिल्म दे विच मुख्य भूमिका दे विच नज़र आने वाले ने, ते उन्हां दे जिहड़े फैन ने वो बहुत ज़्यादा एक्साइटेड सीगे इस फिल्म नू लैके। सो फाइनली ये फिल्म रिलीज़ हो चुकी है, ते असीं तुहानू इस फिल्म दे पब्लिक रिव्यू दिखावांगे, ते ऑडियंस आने वाली है फिल्म देख के, ते चलते हैं असीं ऑडियंस को। ते आओ दोस्तों मेरे नाल। बहुत अच्छी फिल्म है जी, बेस्ट पार्ट तुसी कह लो, जो सैकेंड पार्ट दे विच जो एक्चुअल दे विच जो दिखाया गया, जिस दे लई असी स्ट्रगल कीता, जिस दे लई असी एक साल दी लंबी लड़ाई लड़न तो बाद असी जो हासिल कीता, जिहड़े कानून रद्द करवाए ने, वह हर एक नूं जोड़ेगी फिल्म, खिच के लियाएगी दर्शकों नूं थिएटरां तक अपने आप। जिसने एक ने वेखी अगे 15 नूं सजेस्ट करेगा फिल्म देखनी चाहिए। अंबरदीप भाई ते निमरत खैरा दी जोड़ी किवें लगी? बहुत अच्छी, अंबर ने अपने रोल नाल बहुत जस्टिस किया, बहुत इंप्रूवमेंट है, बहुत ज़्यादा इंप्रूवमेंट है। और निमरत मैडम बाकमाल, वो तो शुरू तो वो पहला लाहौरी, ये भी उन्होंने एक्टिंग अच्छी सी, ये भी बहुत सोहनी। पांच बिल्कुल पांच। बहुत वधिया लगी बेटा। संघर्ष के उत्ते फिल्म है, तुसी उन्हों वेख के आए हो, किवें दी लगी वो फिल्म? सारी असलियत ही सी पूरी, ऐ जमा जीते असीं सारे धरने ते गए सी, तुसी भी गए होवोंगे, तुसी भी उदां दी तस्वीरां वेखियां उत्थे? हां हां जी। ते निमरत खैरा इस फिल्म दे विच है, सो वो सारा दी फेवरेट भी है, तो तुहानू उहनां दा काम किवें लग्गा? बहुत सोहना लग्गा। किन्ने स्टार दोगे पंजाब विच? फुल्ली देऊं मैं तां। ਬਹੁਤ ਵਧੀਆ ਹੋਇਆ, ਬਹੁਤ ਵਧੀਆ। ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਵੇਖੀਆਂ ਤੁਸੀਂ, ਉਹ ਕਿਵੇਂ, ਕਿੰਨੇ ਵਜੇ ਨਿਭਾ ਸਕਦੇ? ਖੁਸ਼ ਹੋ ਗਿਆ, ਰੋਇਆ ਵੀ ਤੇ ਹੱਸਿਆ ਵੀ। ਕੀ ਬਾਤ ਹੈ ਬਾਈ, ਕਿਵੇਂ ਲੱਗੀ? ਬਹੁਤ ਸੋਹਣੀ। ਸਭ ਤੋਂ ਵਧੀਆ ਕਿ ਕੰਮ ਕਿਹਦਾ ਲੱਗਿਆ ਜੀ? ਕਰਮਜੀਤ ਅਨਮੋਲ, ਨਿਮਰਤ ਕਹਿ ਰਿਹਾ, ਉਹ ਮੁੰਡੇ ਦਾ ਕੰਮ ਬਹੁਤ ਸੋਹਣਾ ਸੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿੰਨੇ ਸਟਾਰ ਦੋਗੇ ਭਾਈ? ਪੰਜ। ਭਾਈ ਕਿਵੇਂ ਲੱਗੀ? ਬਹੁਤ ਵਧੀਆ ਜੀ। ਕੁਝ ਖਾਸ ਲੱਗਿਆ ਜੀ ਫਿਲਮ ਦੇ ਵਿੱਚ? ਖਾਸ ਭਾਜੀ ਇਹ ਹੈ ਕਿ ਜੋ ਅਸੀਂ ਪਿਛਲੇ ਦਿਨੀ ਹੰਢਾਇਆ ਆਪਣੇ ਪੰਜਾਬ ਨੇ ਜਾਂ ਆਪਣੇ ਕਿਸਾਨ ਭਰਾਵਾਂ ਨੇ, ਉਹ ਸਾਰਾ ਕੁਝ ਇਸ 'ਚ ਦਿਖਾਇਆ ਗਿਆ ਔਰ ਉਸਦਾ ਰਿਜ਼ਲਟ ਨਿਚੋੜ ਵੀ ਕੱਢਿਆ ਗਿਆ ਹੈ ਨਾ, ਅਤੇ ਬਹੁਤ ਵਧੀਆ ਫਿਲਮ ਹੈ ਜੀ। ਫੈਮਿਲੀ ਪੰਜਾਂ 'ਚੋਂ ਪੰਜ ਹੈ ਜੀ। ਦੇਖਣ ਲਈ ਸਭ ਤੋਂ ਵਧੀਆ ਕਰੈਕਟਰ ਕਿਹਦਾ ਲੱਗਿਆ ਭਾਈ? ਸਭ ਤੋਂ ਵਧੀਆ ਕਰੈਕਟਰ ਇਹਦੇ ਵਿੱਚ ਜੀ ਆਪਣੇ ਅੰਬਰਦੀਪ ਭਾਜੀ ਨੇ ਜਿਹੜੇ, ਅਤੇ ਨਾਲ ਆਪਣੇ ਨਿਮਰਤ ਖਹਿਰਾ ਜੀ, ਬਹੁਤ ਸੋਹਣੀ ਐਕਟਿੰਗ ਉਹਨਾਂ ਦੀ ਜੀ। ਵੈਲਕਮ ਜੀ, ਬਹੁਤ ਫਸਟ ਕਲਾਸ ਵੀ, ਬਹੁਤ ਬਹੁਤ ਵਧੀਆ, ਬਹੁਤ ਸੋਹਣੀ, ਬਹੁਤ ਸੋਹਣੀ, ਬਹੁਤ ਬਹੁਤ ਕਮਾਲ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਲੱਗੀ। ਪੰਜਾਂ ਵਿੱਚ ਪੰਜ ਵੀ ਬਾਈ, ਬਹੁਤ ਸੋਹਣੀ। ਕਨਸੈਪਟ ਬਾਈ ਅੰਬਰਦੀਪ ਦਾ ਕੰਮ, ਸਭ ਦਾ ਕੰਮ ਵਧੀਆ ਲੱਗਿਆ, ਬਹੁਤ ਸੋਹਣਾ ਕੰਮ, ਬਹੁਤ ਪਿਆਰਾ। ਅੰਬਰਦੀਪ ਬਾਈ ਅਤੇ ਨਿਮਰਤ ਖਹਿਰਾ ਜੀ ਦੀ ਜਿਹੜੀ ਜੋੜੀ ਆ ਉਹ ਕਿਵੇਂ ਦੀ ਲੱਗੀ? ਸੁਪਰ ਹਿੱਟ, ਬਹੁਤ ਸੋਹਣਾ ਕਨਸੈਪਟ ਲੱਗਿਆ। ਕਿੰਨੇ ਸਟਾਰ ਦੋਗੇ ਪੰਜਾਂ ਵਿੱਚ? ਜਿੰਨੇ ਦੇ ਸਕਦੇ ਹਾਂ, ਫੁੱਲ ਟੂ ਫੁੱਲ। ਫਾਰਮਰਸ ਬਾਰੇ ਬਹੁਤ ਵਧੀਆ ਦੱਸਿਆ ਗਿਆ। ਹਾਂਜੀ, ਕਿੰਨੇ ਸਟਾਰ ਪੰਜਾਂ ਵਿੱਚ? ਪੰਜਾਂ ਵਿੱਚ ਪੰਜ। ਥੈਂਕ ਯੂ ਭਾਈ, ਕਿਵੇਂ ਲੱਗੀ ਜੀ? ਬਹੁਤ ਘੈਂਟ ਵੀਰੇ, ਬੈਸਟ ਪਾਰਟ ਕੀ ਲੱਗੀ ਜੀ? ਸਾਰੀ ਬੈਸਟ ਹੈ ਵੀਰੇ ਫਿਲਮ। ਕਿੰਨੇ ਸਟਾਰ ਦੋਗੇ ਪੰਜ? ਪੰਜ 'ਚੋਂ ਪੰਜ ਵੀਰੇ, ਪੰਜ 'ਚੋਂ ਪੰਜ। ਨਿਮਰਤ ਖਹਿਰਾ ਦਾ ਕੰਮ ਕਿਵੇਂ ਲੱਗਿਆ? ਨਿਮਰਤ ਖਹਿਰਾ ਦਾ ਬਹੁਤ ਸੋਹਣਾ ਕਰੈਕਟਰ ਆ, ਬੇਸਿਕਲੀ ਜਿਵੇਂ ਦੇ ਉਹ ਹੈਗੇ ਨੇ ਸਾਦੇ, ਉਵੇਂ ਹੀ ਫਿਲਮ ਦੇ ਵਿੱਚ ਦਿਖਾਇਆ ਗਿਆ। ਸੋ ਬਹੁਤ ਸੋਹਣੀ ਫਿਲਮ, ਬਹੁਤ ਘੈਂਟ, ਥੈਂਕ ਯੂ। ਬਹੁਤ ਸੋਹਣੀ ਮੂਵੀ ਸੀ ਭਾਈ। ਫਿਲਮ ਦੇ ਵਿੱਚ ਭਾਈਚਾਰਕ ਸਾਂਝ ਵਿਖਾਈ ਹੋਈ ਹੈ, ਤੁਸੀਂ ਉਹ ਵੇਖਿਆ ਕਿਵੇਂ ਦੀ ਲੱਗੀ ਤੁਹਾਨੂੰ? ਦੇਖੋ, ਭਾਈਚਾਰਕ ਸਾਂਝ ਆਪਣੀ ਬਹੁਤ ਜ਼ਰੂਰੀ ਹੈ ਜੀ, ਆਪਾਂ ਬਹੁਤ ਜਲਦੀ ਕੀ ਨਾਮ ਹੈ ਟੁੱਟਣ ਨੂੰ ਬੜੀ ਜਲਦੀ ਹੋ ਜਾਂਦੇ ਹਾਂ ਜਦੋਂ ਆਪਾਂ ਨੂੰ ਕੋਈ ਭੜਕਾ ਦਿੰਦਾ, ਠੀਕ ਹੈ। ਇਹ ਚੀਜ਼ ਬਹੁਤ ਵਧੀਆ ਲੱਗੀ ਵੀ ਕੀ ਨਾਮ ਹੈ, ਆਪਾਂ ਇਮੋਸ਼ਨਲੀ ਵੀ ਉਸ ਚੀਜ਼ ਨੂੰ ਜੋੜਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਮੂਵੀ 'ਚ, ਠੀਕ ਹੈ। ਬਹੁਤ ਸੋਹਣਾ ਕਨਸੈਪਟ ਸੀ। ਨਿਮਰਤ ਖਹਿਰਾ ਜੀ ਦਾ ਕੰਮ ਕਿਵੇਂ ਦਾ ਲੱਗਿਆ? ਮੈਂ ਕਹਿੰਦਾ ਜੀ ਬਾ ਕਮਾਲ, ਬਹੁਤ ਸੋਹਣੀ ਐਕਟਿੰਗ ਕੀਤੀ ਹੈ ਕੀ ਨਾਮ ਹੈ, ਨਹੀਂ ਰੋਲ 'ਚ ਪੂਰਾ ਖੁੱਭ ਗਏ ਸੀ ਜੱਜ, 5 ਸਟਾਰ। ਵਧੀਆ ਜੀ। ਕੀ ਕੁਝ ਖਾਸ ਲੱਗਿਆ ਜੀ ਫਿਲਮ ਦੇ ਵਿੱਚ? ਕਿਸਾਨਾਂ ਦੇ ਉੱਪਰ ਸੀ ਫਿਲਮ। ਕਿੰਨੇ ਸਟਾਰ ਦੋਗੇ ਪੰਜਾਬੀ? 4। ਵੈਲਕਮ। ਸੋ ਦੋਸਤੋ, ਇਹ ਆਡੀਅੰਸ ਦੇ ਰਿਵਿਊ ਸੀਗੇ ਜੋ ਤੁਸੀਂ ਇਸ ਵਕਤ ਵੇਖੇ, ਅਤੇ ਉਹਨਾਂ ਨੂੰ ਇਹ ਫਿਲਮ ਬਹੁਤ ਜ਼ਿਆਦਾ ਵਧੀਆ ਵੀ ਲੱਗ ਰਹੀ ਹੈ, ਅਤੇ ਉਹਨਾਂ ਨੂੰ ਨਾਲ ਹੀ ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਜੋੜੀ ਵੀ ਬਹੁਤ ਕਮਾਲ ਲੱਗੀ ਆ। ਸੋ ਉਹਨਾਂ ਨੂੰ ਫਿਲਮ ਵੀ ਬਹੁਤ ਕਮਾਲ ਲੱਗੀ ਆ, ਅਤੇ ਤੁਸੀਂ ਵੀ ਇਸ ਫਿਲਮ ਨੂੰ ਵੇਖ ਕੇ ਆਓ, ਅਤੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਆ, ਔਰ ਫੇਮਸ ਪੰਜਾਬ ਟੀਵੀ ਨੂੰ ਇੱਦਾਂ ਹੀ ਵੇਖਦੇ ਰਹਿਣਾ। ਥੈਂਕ ਯੂ ਸੋ ਮੱਚ।